गौड़ी महला पहला पहले पातशाह अगे गौड़ी राग च होर फरमान करते ने चोआ चंदन अंक चढ़ावो पाठ पटंबर पहर हंडावो बिन हर नाम कहां सुख पावो। सतगुरु कहने ने नाम जपे तो बिना किस तरह सुख पाओगे तुसी चाहे तुसी चंदन सारियां चंदन आदिक तो लैके सुगंधियां नू चुआ के अंगा दे उत्ते चढ़ाउणा करो। हुण परफ्यूम आ गए ने छिड़कदे ने लोकी आतर फलेल लाउंदे ने चाहे सूती पाट तो पावन दा बस्तर सूती बस्तर दे चाहे रेशमी कपड़े सीर ते पा के हंडाओ पर परमात्मा दे नाम जपे तो बिना सुख नहीं मिलना। ये कपड़े का मतलब सी शरीर नू ढकना ना कि शरीर नू सजा सजा के इनू संसार दे अंदर अपने हंकार नू वधाउणा। सो पिछे जिन्ने भी सारे पहले शब्द विच महाराज ने जिन्ना भी कुछ दस्या आपां नू पिछला सारा इतिहास लिया उहदे विच क्योंकि बहुत सारे साडे गुरसिख वीरां ने साडी कौम दे विच 98-99% लोकां ने लगभग ही महाराज दा सरूप कदे वाचिया नहीं हुंदा ना ही उन्हां नू पता ही हुंदा विचारियां नू कि की लिखिया महाराज दे विच। जे कोई गल आ जांदी ते फिर बहुत सधारण तौर ते जे दस दईए फिर उन्हां नू बड़ा गुस्सा जिहा लगदा जां टेढे जिहे बोलदे ने महाराज आ गल बोलती कथा जज। पर देख लो भई महाराज ने सारा पिछला ही लिया जिन्ना पिछले सी जिन्हां नू हंकार होया उन्हां नू किस तरह सजा मिली सतगुरु महाराज ने आपां नू दस्सिया। हुण सतगुरु दसदे ने कि संसार दे अंदर रह के जदों आपां इह चीज़ां करदे आ कि इन्हां नाल सुख मिलिया क्या पहरो क्या ओढ दिखावो बिन जगदीश कहां सुख पावो रहाओ। गहणियां नू पहर के की दिखाउंदे हो ਅਤੇ ਚੰਗੇ ਚੰਗੇ ਦੁਸ਼ਾਲਿਆਂ ਨੂੰ ਉੜ ਕੇ ਵੀ ਕੀ ਦਿਖਾਉਂਦੇ ਹੋ। ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕਿਸ ਤਰ੍ਹਾਂ ਸੁੱਖ ਪਾਓਗੇ ਤੁਸੀਂ ਕਿੱਥੋਂ ਸੁੱਖ ਪਾਓਗੇ ਤੁਸੀਂ ਕਿਉਂਕਿ ਨਾਮ ਜਪੇ ਤੋਂ ਬਿਨਾਂ ਇਨਸਾਨ ਨੂੰ ਸੁੱਖ ਦੀ ਪ੍ਰਾਪਤੀ ਨਹੀਂ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ। ਕਾਨੀ ਹੁੰਦਾ ਕੰਨਾਂ ਵਿੱਚ ਵਾਲੇ ਪਾ ਲਵੇ ਭਾਵੇਂ ਕਾਨੀ ਕੁੰਡਲ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਲਿਖਿਆ। ਬੜੇ ਲੋਕੀ ਇੱਕ ਦੂਜੇ ਨੂੰ ਜੇ ਕੋਈ ਕਹੇ ਵੀ ਗਹਿਣੇ ਨਹੀਂ ਪਾਉਣੇ ਚਾਹੀਦੇ ਕੰਨਾਂ ਦੇ ਵਿੱਚ ਜਾਂ ਆਹ ਨਹੀਂ ਪਾਉਣਾ ਚਾਹੀਦਾ ਲੋਕੀ ਕਹਿਣਗੇ ਮਹਾਰਾਜ ਤਾਂ ਕਿਤੇ ਲਿਖਿਆ ਨਹੀਂ ਹੋਇਆ। ਨਾ ਤਾਂ ਤੂੰ ਮਹਾਰਾਜ ਪੜਿਆ ਨਾ ਉਹਨੇ ਪੜਿਆ ਪੜੇ ਤੇ ਕਿਸੇ ਨੇ ਵੀ ਨਹੀਂ ਊਂ ਡਰਾ ਲੈਣਾ ਅਗਲੇ ਨੂੰ ਮੂਹਰੋਂ ਉਹ ਮੂਹਰੋਂ ਵੀ ਡਰ ਜਾਂਦਾ ਉਹਨੇ ਵੀ ਨਹੀਂ ਪੜਿਆ ਹੁੰਦਾ। ਆਹ ਦੇਖੋ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਜੇ ਕੰਨਾਂ 'ਚ ਵਾਲੀਆਂ ਵਾਲੇ ਵੱਡੇ ਵੱਡੇ ਕਢਾ ਕੇ ਪਾ ਲਵੇ ਗਲ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਵੀ ਪਾਈ ਹੋਵੇ ਲਾਲ ਰੰਗ ਦੀ ਨਿਹਾਲੀ ਹੁੰਦੀ ਤਲਾਈ ਵਿਛਾਵੇ ਸੇਜਾ ਉੱਤੇ ਗੁਲਾਬ ਦੇ ਭਾਵੇਂ ਫੁੱਲ ਵਿਛਾ ਲਵੇ ਬਿਨ ਜਗਦੀਸ਼ ਕਹਾਂ ਸੁੱਖ ਭਾਲਾ। ਜਗਤ ਦੇ ਮਾਲਕ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕਿੱਥੋਂ ਸੁੱਖ ਪਾਓਗੇ ਤੁਸੀਂ। ਨਾਮ ਜਪੇ ਬਿਨਾਂ ਸੁੱਖ ਨਹੀਂ ਮਿਲਣਾ। ਜਿੰਨੇ ਮਰਜ਼ੀ ਵਾਲੇ ਵਾਲੀਆਂ ਅੱਜ ਕੱਲ੍ਹ ਮੁੰਡੇ ਵੀ ਪਾਈ ਫਿਰਦੇ ਵਾਲੀਆਂ ਪਾਈ ਜਾਓ ਜਿੰਨੀਆਂ ਮਰਜ਼ੀ ਜਿੱਧਰ ਜ਼ੋਰ ਲਾਉਣਾ ਸੀ ਉਸ ਪਾਸੇ ਨਹੀਂ ਲਾਇਆ ਜ਼ੋਰ ਸਰੀਰ ਤੇ ਜ਼ੋਰ ਲਾਈ ਜਾਂਦੇ ਨੇ ਬਸ ਕਦੇ ਪੈਂਟ ਤਾਂ ਨੂੰ ਹੁੰਦੀ ਕਦੇ ਠਾਂ ਨੂੰ ਹੁੰਦੀ ਕਦੇ ਉਹ ਚੌੜੀ ਹੋ ਜਾਂਦੀ ਕਦੇ ਕੱਪੜੇ ਕਿਹੋ ਜਿਹੇ ਹੋ ਜਾਂਦੇ ਲੋਕਾਂ ਦੇ। ਅਸੀਂ ਜਦੋਂ ਦੇ ਜੰਮੇ ਹਾਂ ਸੰਸਾਰ ਦੇ ਅੰਦਰ ਤਿੰਨ ਵਾਰੀ ਡਿਜ਼ਾਇਨ ਬਦਲਦਾ ਦੇਖਿਆ ਦੁਨੀਆਂ ਦਾ ਉਹੀ ਮੁੜ ਮੁੜਾਈ ਜਾਂਦੀਆਂ ਹੁੰਦੀਆਂ ਚੀਜ਼ਾਂ। ਸੰਸਾਰ ਦੇ ਲੋਕ ਪਹਿਲਾਂ ਰਾਜੇ ਕੁੰਡਲ ਜੇ ਪਾਉਂਦੇ ਸੀ ਕੰਨਾਂ ਵਿੱਚ ਫਿਰ ਕੀ ਹੋ ਗਿਆ। ਅਸਲ ਵਿੱਚ ਮਨੁੱਖਾ ਕੰਮ ਹੀ ਨਹੀਂ ਇਹ ਲੋਕ ਮਨੁੱਖਾ ਜਨਮ ਨੂੰ ਸਮਝ ਹੀ ਨਹੀਂ ਸਕੇ ਮਨੁੱਖਾ ਜਨਮ ਕਾਹਦੇ ਲਈ ਮਿਲਿਆ ਸਾਨੂੰ। ਨੈਣ ਸਲੋਨੀ ਸੁੰਦਰ ਨਾਰੀ ਖੋੜ ਸੀ ਗਾਰ ਕਰੈ ਅੱਤ ਪਿਆਰੀ। ਚਾਹੇ ਘਰ ਵਿੱਚ ਸਲੋਨੀ ਹੁੰਦੀ ਸੁੰਦਰ ਅੱਖਾਂ ਵਾਲੀ ਸੁੰਦਰ ਇਸਤਰੀ ਵੀ ਹੋਵੇ ਖੋੜ ਹੁੰਦੀ 16 ਸ਼ਿੰਗਾਰ ਕਰਕੇ ਚਾਹੇ ਉਹ ਇਸਤਰੀ ਬਹੁਤ ਵੀ ਪਿਆਰ ਵੀ ਕਰੇ ਅੱਛੀ ਲੱਗੇ ਬਿਨ ਜਗਦੀਸ਼ ਭਜੇ ਨਿਤ ਖੁਆਰੀ। ਪਰ ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਇਹ ਸਭ ਖੁਆਰ ਹੀ ਹੁੰਦੇ ਆ। ਕੋਈ ਗਹਿਣਿਆਂ ਨਾਲ ਕਿਤੇ ਸ਼ਾਂਤੀ ਨਹੀਂ ਆ ਜਾਂਦੀ ਸੁੰਦਰਤਾ ਨਾਲ ਸ਼ਾਂਤੀ ਨਹੀਂ ਆ ਜਾਂਦੀ 16 ਤਰ੍ਹਾਂ ਦੇ ਸ਼ਿੰਗਾਰ ਕਰਨ ਨਾਲ ਸ਼ਾਂਤੀ ਨਹੀਂ ਆਉਂਦੀ। ਘਰਾਂ ਵਿੱਚ ਇੰਨੇ ਕਲਾ ਕਲੇਸ਼ ਖੜੇ ਪਏ ਨੇ ਫਿਰ ਵੀ ਬਿਊਟੀ ਪਾਰਲਰ ਤੇ ਜਾ ਕੇ ਆਪਣੀਆਂ ਸਹੇਲੀਆਂ ਜਿਹੇ ਬਣਾ ਕੇ ਆਪਣੇ ਆਪ ਨੂੰ ਸਮਝਦੀਆਂ ਵੀ ਅਸੀਂ ਬਹੁਤ ਜ਼ਿਆਦਾ ਸੁੰਦਰ ਲੱਗਦੀਆਂ। ਉਹ ਨਰਕਾਂ ਨੂੰ ਜਾਣ ਦਾ ਹੀ ਰਾਹ ਖੋਲ੍ਹੀ ਜਾਂਦੀਆਂ ਸਾਰੀਆਂ ਜਾਣੀਆਂ। ਘਰਾਂ ਦੇ ਕਲੇਸ਼ ਕਿੱਥੇ ਮਿਟਣੇ ਨੇ ਜੇ ਐਵੇਂ ਵਾਲਾਂ ਨੂੰ ਸ਼ਿੰਗਾਰ ਸ਼ਿੰਗਾਰ ਕੇ ਜਾਂ ਕਈ ਪ੍ਰਕਾਰ ਦੇ ਵਾਲਾਂ ਨੂੰ ਨਾਸ਼ ਕਰਕੇ ਜਾਂ ਕਈ ਪ੍ਰਕਾਰ ਦੀਆਂ ਗੁਰਮਤ ਮਰਿਆਦਾ ਤੋਂ ਉਲਟ ਚੱਲ ਕੇ ਜਿਹੜੀਆਂ ਗੱਲਾਂ ਕਰਦੇ ਹਾਂ ਆਪਾਂ ਫਿਰ ਉਹ ਆਪਣੇ
ब्यूटी पार्लर ते जाके ही सुख पाउण तां फिर गुरद्वारे आके क्यों अरदासां करदियां ने। ਉਹ ਲੋਕ ਜਿਹੜੇ ਆਪਣੇ ਆਪ ਨੂੰ ਬੰਦੇ ਵੀ ਜਾ ਜਾ ਕੇ ਜਚਾਉਂਦੇ ਫਿਰਦੇ ਕਰੀਮਾਂ ਲਾ ਲਾ ਕੇ ਜਾਂ ਹੋਰ ਕੰਮ ਕਰਦੇ ਨੇ, ਫਿਰ ਜੇ ਉਹਦੇ ਨਾਲ ਸ਼ਾਂਤੀ ਨਹੀਂ ਮਿਲਦੀ ਫਿਰ ਸਤਿਗੁਰੂ ਕਹਿੰਦੇ ਕਿਸੇ ਚੀਜ਼ ਨਾਲ ਸ਼ਾਂਤੀ ਨਹੀਂ ਮਿਲਦੀ। ਸ਼ਾਂਤੀ ਸਿਰਫ ਨਾਮ ਜਪਣ ਨਾਲ ਮਿਲਣੀ ਹੈ, ਮਰਿਆਦਾ ਨਾਲ ਮਿਲਣੀ ਹੈ। ਜਿੰਨਾ ਮਰਜ਼ੀ ਕੋਈ ਕਰ ਲਏ, ਮਰ ਕੇ ਤਾਂ ਰੱਬ ਕੋਲ ਜਾਣਾ, ਅਖੀਰ ਤਾਂ ਰੱਬ ਨੇ ਹੀ ਪੁੱਛਣਾ ਜਾ ਕੇ। ਜਿੰਨੇ ਸਿੱਖਾਂ ਦੇ ਘਰੇ ਜਨਮ ਲੈਂਦੇ ਨੇ ਕੋਈ ਵੀ, ਜਦੋਂ ਮਰ ਕੇ ਉਹ ਜਾਂਦਾ ਧਰਮ ਰਾਜੇ ਕੋਲ ਜਾਣਾ ਪੈਂਦਾ ਜੇ ਅੰਮ੍ਰਿਤਧਾਰੀ ਨਹੀਂ ਹੈਗਾ। ਧਰਮ ਰਾਜਾ ਇੰਨੀ ਲਾਂਤ ਪਾਉਂਦਾ, ਇੰਨੀ ਜ਼ਿਆਦਾ ਫਟਕਾਰ ਪਾਉਂਦਾ, ਇੰਨੀ ਦੁਰ ਦੁਰ ਕਰਦਾ ਉਹਨੂੰ, ਦੁਰ ਫਿਟੇ ਮੂੰਹ ਤੇਰੇ ਗੁਰੂ ਦੇ ਘਰੇ ਜਨਮ ਲੈ ਕੇ, ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਨਮ ਲੈ ਕੇ ਤੂੰ ਅੰਮ੍ਰਿਤ ਛੱਕ ਕੇ ਨਹੀਂ ਆਇਆ ਹੈ, ਇਹਨੂੰ ਜ਼ਿਆਦਾ ਸਜ਼ਾ ਦਿਓ। ਇੰਨੀ ਜ਼ਿਆਦਾ ਧਰਮ ਰਾਜ ਡਾਂਟ ਫਾਂਟ ਕਰਦਾ ਗਿਆ ਨੂੰ, ਫਿਰ ਜਾ ਕੇ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਬਹੁਤ ਭਾਰੀ ਗਲਤੀਆਂ ਕੀਤੀਆਂ ਨੇ। ਸੋ ਅੱਜ ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਇਹ ਸਾਰੇ ਬਚਨ, ਦਰ ਘਰ ਮਹਿਲਾ ਸੇਜ ਸੁਖਾਲੀ ਐਨ ਇਸ ਫੂਲ ਵਿਛਾਵੈ ਮਾਲੀ। ਚਾਹੇ ਘਰ ਦੇ ਦਰ ਅੰਦਰ ਮਹਿਲਾ ਤੋਂ ਭਾਵ ਇਸਤਰੀ ਸੁਖ ਦੇਣ ਵਾਲੀ ਸੇਜਾ ਉੱਤੇ ਪਈ ਹੋਵੇ ਤੇ ਐਨ ਇਸ ਦਿਨ ਰਾਤ ਤਾਜ਼ੇ ਫੁੱਲਾਂ ਦੀ ਸੇਜਾ ਮਾਲੀ ਵਿਛਾ ਜਾਵੇ। ਬਿਨ ਹਰ ਨਾਮ ਸੋ ਦੇਹ ਦੁਖਾਲੀ, ਪਰ ਹਰੀ ਨਾਮ ਜਪੇ ਤੋਂ ਬਿਨਾਂ ਇਹ ਦੇਹੀ ਦੁਖੀ ਹੋਈ ਰਹਿੰਦੀ ਹੈ। ਹੈ ਵਰ ਗੈ ਵਰ ਨੇਜੇ ਵਾਜੇ, ਲਸਖਰ ਨੇਬ ਖਵਾਸੀ ਪਾਜੇ। ਚਾਹੇ ਹੁੰਦੇ ਨੇ ਸ੍ਰੇਸ਼ਟ ਘੋੜੇ ਸ੍ਰੇਸ਼ਟ ਹਾਥੀ ਹੋਣ ਅਤੇ ਮਕਾਨ ਦੇ ਸਿਖਰ ਤੇ ਨੇਜੇ ਝੰਡੇ ਝੂਲਦੇ ਹੋਣ ਤੇ ਘਰ ਦੇ ਦਰਵਾਜ਼ੇ ਅੱਗੇ ਵਾਜੇ ਵੱਜਦੇ ਹੋਣ, ਫੌਜਾਂ ਹਰ ਵੇਲੇ ਤਿਆਰ ਪਰ ਤਿਆਰ ਖੜੀਆਂ ਹੋਣ, ਚੋਬਦਾਰ ਛੱਟੀ ਲੈ ਕੇ ਬੂਹੇ ਤੇ ਖਲੋਤਾ ਹੋਵੇ। ਖਵਾਸੀ ਹੁੰਦਾ ਚੌਰ ਬਰਦਾਰੀ ਕਰਨ ਵਾਲੇ, ਚੌਰ ਦੋਨੋਂ ਪਾਸੇ ਬੰਦੇ ਕਰਦੇ ਹੋਣ ਖੜੇ ਸਿਰ ਤੇ ਰਾਜੇ ਦੇ, ਪਰ ਇਹ ਸਾਰੇ ਪਾਜੇ, ਇਹ ਦਿਖਾਵੇ ਮਾਤਰ ਝੂਠੇ, ਸਭ ਗੱਲਾਂ ਝੂਠੀਆਂ ਨੇ। ਬਿਨ ਜਗਦੀਸ਼ ਝੂਠੇ ਦਿਵਾਜੇ, ਜਗਤ ਦੇ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਸਾਰੇ ਦਾਅਵੇ ਝੂਠੇ ਨੇ। ਹੈ ਤਾਂ ਬੰਦਾ ਹੀ, ਮਹਾਰਾਜ ਕਹਿੰਦੇ ਹੈ ਤਾਂ ਬੰਦਾ ਹੀ ਹੈ। ਇੱਕ ਗਰੀਬ ਆਦਮੀ ਤੁਰਿਆ ਜਾਂਦਾ, ਭਾਵੇਂ ਹੁਣ ਗਰੀਬ ਨੂੰ ਆਪਾਂ ਰਾਜਾ ਬਣਾ ਦਈਏ, ਸਵਾਸ ਕਿੱਥੋਂ ਲਿਆਊਗਾ, ਹੋਰ ਗੱਦੀ ਤੇ ਬਹਿੰਦਾ ਹੀ ਮਰ ਜਾਵੇ ਭਾਵੇਂ ਉਹ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬੰਦਾ ਆਪਣੇ ਆਪ ਨੂੰ ਸੋਨੇ ਚਾਂਦੀ ਫੌਜਾਂ ਚ ਪੈ ਕੇ ਭੋਲੀ ਜਾਂਦਾ ਕਿ ਮੈਂ ਬੰਦਾ ਵੀ ਹਾਂ, ਰੱਬ ਤਾਂ ਨਹੀਂ ਬਣ ਗਿਆ। ਹਰਨਾਕਸ਼ ਕਹਿੰਦਾ ਮੈਂ ਰੱਬ ਹਾਂ, ਮਰਨਾ ਪਿਆ ਫਿਰ ਨੂੰ। ਮਹਾਰਾਜ ਨੇ ਪਿਛਲੇ ਸਾਰੇ ਸ਼ਬਦ ਵਿੱਚ ਇਹੀ ਸੁਣਾਇਆ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਮੈਂ ਕੌਣ ਹਾਂ, ਉਹ ਬੰਦੇ ਨੂੰ ਅਖੀਰ ਮਰਨਾ ਹੀ ਪੈਂਦਾ। ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਦੁੱਖ ਹੀ ਪਾਉਂਦਾ। ਜੇ ਹੁਣ ਕੋਈ ਕਹੇ ਨੇ ਅਸੀਂ ਤਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਹਾਂ, ਸਤਿਗੁਰੂ ਕਹਿੰਦੇ ਦੇਖੋ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ, ਤਾਜ ਕੁਲਹਿ ਸਿਰ ਛੱਤਰ ਬਣਾਵੋ। ਚਾਹੇ ਆਪਣੇ ਪਾਸ ਰਿੱਧੀਆਂ ਸਿੱਧੀਆਂ ਨੂੰ ਬੁਲਾ ਕੇ ਸਿੱਧ ਵੀ ਕਹਾ ਲਵੇ, ਚਾਹੇ ਤਾਜ ਕੁਲਹਿ ਮਰਾਤਵੇ ਵਾਲੀ ਟੋਪੀ ਪਹਿਨ ਕੇ ਸਿਰ ਤੇ ਛੱਤਰ ਵੀ ਝੁਲਾ ਲਵੇ। ਬਿਨ ਜਗਦੀਸ਼ ਕਹਾਂ ਸੱਚ ਪਾਵੋ, ਪਰ ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕਿੱਥੋਂ ਸੁੱਖ ਪਾਉਂਗੇ। ਰਿੱਧੀਆਂ ਸਿੱਧੀਆਂ ਨੂੰ ਸੁੱਖ ਨਹੀਂ ਦੇਣਾ, ਸਿਰ ਦੇ ਉੱਤੇ ਭਾਵੇਂ ਸੋਨੇ ਦੀ ਬਣਾ ਕੇ ਕੋਈ ਤਾਜ ਕੁਲਹਿ ਰੱਖ ਲਵੇ, ਛੱਤਰ ਚਲਾ ਲਵੇ, ਚੌਰ ਕਰਾ ਲਵੇ, ਫਿਰ ਕਿਹੜਾ ਸੁੱਖ ਹੋ ਜਾਣਾ, ਸੁੱਖ ਤਾਂ ਨਹੀਂ ਮਿਲਣਾ ਉਹਦੇ ਨਾਲ। ਖਾਨ ਮਲੂਕ ਕਹਾਵਾ ਉਹ ਰਾਜਾ, ਅਬੇ ਤਬੇ ਕੂੜੇ ਹੈ ਪਾਜਾ। ਚਾਹੇ ਆਪਣੇ ਆਪ ਨੂੰ ਖਾਨ ਸਾਹਿਬ ਸਦਾਵੇ, ਦਸ ਹਜ਼ਾਰੀ ਪੰਜ ਹਜ਼ਾਰੀ ਕਹਾ ਲਵੇ, ਚਾਹੇ ਬਲੋਚਾਂ ਚ ਵੱਡੇ ਮਲੂਕ ਵੀ ਕਹਾ ਲਵੇ, ਚਾਹੇ ਆਪਣੇ ਆਪ ਨੂੰ ਰਾਜਾ ਕਹਾ ਲਵੋ, ਪਾਜਾ ਹੁੰਦਾ ਦਿਖਾਲੇ ਮਾਤਰ ਜੋ ਅਬੇ ਤਬੇ ਹੰਕਾਰ ਸਹਿਤ ਕਰਮ ਕਰਨੇ ਸਾਰੇ ਝੂਠੇ ਨੇ। ਸੋ ਗੁਰਾਂ ਨੇ ਕਿਹਾ ਅਬ ਕਰ ਇਹ ਆਖਦਾ ਤਬ ਕਰਾਂਗਾ ਫੇਰ ਕਰਾਂਗਾ, ਸਭ ਝੂਠਾ ਦਿਖਾਵਾ ਕਰਦਾ, ਨਾਮ ਤਾਂ ਜਪਣਾ ਹੀ ਨਹੀਂ ਇਹਨੇ। ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਰੂਪ ਇਹਦਾ ਕੰਮ ਸਬਰ ਦਾ ਹੀ ਨਹੀਂ, ਮੁਕਤ ਕਿੱਥੋਂ ਹੋਣਾ ਇਹਨੇ। ਓਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੈ ਮੁਰਾਰੀ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਤਾਂ ਗੁਰੂ ਉਪਦੇਸ਼ ਦੁਆਰਾ ਹੰਗਤਾ ਮਮਤਾ ਵਿਸਾਰ ਹੀ ਦਿੱਤੀ ਹੈ ਅਤੇ ਗੁਰਸਿੱਖਿਆ ਦੁਆਰਾ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਨੂੰ ਜਾਣ ਲਿਆ। ਪ੍ਰਣਵਤ ਨਾਨਕ ਸਰਨ ਤੁਮਾਰੀ, ਸਤਿਗੁਰੂ ਕਥਨ ਕਰਦੇ ਇਹ ਵਾਹਿਗੁਰੂ ਅਸਤ ਤੁਹਾਡੀ ਸ਼ਰਨ ਵਿੱਚ ਆਉਣਾ ਕੀਤਾ, ਸਾਨੂੰ ਹੋਰ ਕਿਸੇ ਗੱਲ ਦੀ ਸੋਝੀ ਨਹੀਂ ਹੈ। ਗੌੜੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਗੌੜੀ ਰਾਗ ਚ ਫਰਮਾਉਂਦੇ ਨੇ ਗਿਆਰਵਾਂ ਸ਼ਬਦ, ਸੇਵਾ ਏਕ ਨ ਜਾਣਸ ਅਵਰੇ, ਪ੍ਰਪੰਚ ਵਿਆਦ ਤਿਆਗੈ ਕਵਰੇ। ਅਵਰੇ ਤੋਂ ਭਾਵ ਹੁੰਦਾ ਝੱਲੇ ਪੁਰਸ਼, ਇੱਕ ਦੀ ਸੇਵਾ ਕਰਨੀ ਤਾਂ ਜਾਣਦੇ ਨਹੀਂ, ਤੇ ਵਿਆਦ ਰੂਪ ਪ੍ਰਪੰਚ ਹੈ ਕਵਰੇ ਕੌੜਾ ਦੁੱਖਦਾਈ।
ਉਹਨੂੰ ਕਬਰੇ ਕਿਸ ਤਰ੍ਹਾਂ ਤਿਆਗਣਗੇ। ਜਿਹੜੇ ਬੰਦੇ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੀ ਅਵਰੇ ਤੋਂ ਭਾਵ ਹੋਰ ਦੀ ਸੇਵਾ ਕਰਨੀ ਨਹੀਂ ਜਾਣਦੇ, ਉਹ ਵਿਆਦ ਰੂਪ ਪ੍ਰਪੰਚ ਨੂੰ ਕੌੜਾ ਦੁੱਖਦਾਈ ਜਾਣ ਕੇ ਤਿਆਗ ਦਿੰਦੇ ਨੇ। ਭਾਏ ਮਿਲੈ ਸੱਚ, ਸੱਚ ਹੈ ਸੱਚ ਰੇ। ਜਿਹੜੇ ਬੰਦੇ ਪ੍ਰੇਮ ਵਿੱਚ ਲੀਨ ਰਹਿੰਦੇ ਨੇ, ਉਹ ਬੰਦੇ ਨਿਸ਼ਚੇ ਕਰਕੇ ਸੱਚ ਸਰੂਪ ਵਿੱਚ ਸੱਚ ਰੇ ਤੋਂ ਭਾਵ ਹੁੰਦਾ ਪ੍ਰਵਿਰਤ ਹੋ ਜਾਂਦੇ ਨੇ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ ਰਹਾਓ। ਪਰਮੇਸ਼ਰ ਦਾ ਇਹੋ ਜਿਹਾ ਭਗਤ ਜਗਤ ਵਿੱਚ ਕੋਈ ਬਿਰਲਾ ਬੰਦਾ ਹੁੰਦਾ। ਉਹ ਗੁਣਾਂ ਨੂੰ ਗਾ ਕੇ ਅੰਤਹਿਕਰਨ ਵਿੱਚੋਂ ਵਿਕਾਰਾਂ ਦੀ ਮੈਲ ਧੋ ਕੇ ਹਰੀ ਨਾਲ ਜਾ ਮਿਲਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਊਨ ਦੋ ਕਮਲ ਸਗਲ ਸੰਸਾਰ ਹੈ, ਦੁਰਮਤ ਅਗਨ ਜਗਤ ਪਰਜਾਰ ਹੈ। ਸਾਰੇ ਸੰਸਾਰ ਦਾ ਹਿਰਦਾ ਕਮਲ ਮੂਧਾ ਹੋਇਆ ਹੋਇਆ, ਹਰੇਕ ਬੰਦੇ ਦੇ ਅੰਦਰ ਕਮਲ ਹੈ। ਸਾਡੇ ਹਿਰਦੇ ਤੇ ਕਮਲ ਹੈ, ਅੰਦਰਲੇ ਪਾਸੇ ਮੂਧਾ ਹੋਇਆ। ਹਰੇਕ ਬੰਦਾ ਪੁੱਠਾ ਹੁੰਦਾ, ਜਨਮ ਦੇ ਉਦੋਂ ਲੈ ਕੇ ਪੁੱਠਾ ਹੀ ਆ। ਉਹਨੂੰ ਸਿੱਧਾ ਕਰਨਾ ਸਾਡਾ ਕੰਮ ਹੈ ਭਗਤੀ ਨਾਲ, ਪਰ ਇਹ ਬੰਦਾ ਕਰਦਾ ਨਹੀਂ। ਇਸ ਲਈ ਦੁਰਮਤ ਖੋਟੀ ਮੱਤੀ ਰੂਪ ਅਗਨੀ ਦੇ ਵਿੱਚ, ਖੋਟੀ ਮੱਤ ਦੇ ਸਹਿਤ ਤ੍ਰਿਸ਼ਨਾ ਰੂਪੀ ਅਗਨੀ ਸਾਰੇ ਜਗਤ ਨੂੰ ਬੁਰੀ ਤਰ੍ਹਾਂ ਪਾਰ ਜਾ ਰਿਹਾ, ਸਾੜ ਰਹੀ ਹੈ। ਉਹ ਕਮਲ ਦਾ ਫੁੱਲ ਜਦ ਤੱਕ ਸਿੱਧਾ ਨਹੀਂ ਹੁੰਦਾ, ਉਦੋਂ ਤੱਕ ਸਾਡੀ ਕਹਾਣੀ ਠੀਕ ਨਹੀਂ ਆਉਂਦੀ। ਸੋ ਉਭਰੈ ਗੁਰ ਸ਼ਬਦ ਵਿਚਾਰ ਹੈ, ਜੋ ਗੁਰ ਉਪਦੇਸ਼ ਨੂੰ ਵਿਚਾਰਦੇ ਨੇ ਉਹ ਬੰਦੇ ਇਸ ਅੱਗ ਤੋਂ ਬਚ ਜਾਂਦੇ ਨੇ। ਭ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੈ ਸਹਿ ਆਪਣਾ ਕੀਨਾ। ਜਿਵੇਂ ਭ੍ਰਿੰਗ ਹੈ ਭਵਰਾ, ਪਤੰਗਾ ਹੈ, ਕੁੰਚਰ ਹਾਥੀ ਹੈ, ਮੀਨਾ ਮੱਛੀ ਹੈ, ਮਿਰਗ ਹਰਨ ਹੈ, ਸਾਰੇ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖਾਂ ਨੂੰ ਸਹਾਰ ਕੇ ਮਰਦੇ ਨੇ। ਕਹਿੰਦੇ ਉਵੇਂ ਸਾਰੇ ਜੀਵ ਆਪੋ ਆਪਣੇ ਕਰਮਾਂ ਅਨੁਸਾਰ ਦੁਖੀ ਹੋ ਕੇ ਮਰਦੇ ਨੇ। ਭ੍ਰਿੰਗ ਜਿਹੜਾ ਭਵਰਾ ਹੁੰਦਾ, ਇਹ ਕਮਲ ਦੇ ਫੁੱਲ ਤੇ ਜਾ ਕੇ ਬਹਿੰਦਾ, ਖੁਸ਼ਬੂ ਲਈ ਜਾਂਦਾ ਸਾਰਾ ਦਿਨ। ਸ਼ਾਮ ਨੂੰ ਜਦੋਂ ਸੂਰਜ ਛਿਪਦਾ, ਉਸ ਵਕਤ ਕਮਲ ਦਾ ਫੁੱਲ ਬੰਦ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਆਪ। ਉਹਦੇ ਵਿਚਕਾਰ ਇੱਕ ਕੰਡਾ ਹੁੰਦਾ ਬੜਾ ਤਿੱਖਾ ਜਿਹਾ। ਜਦੋਂ ਇਹ ਫੁੱਲ ਬੰਦ ਹੋਣਾ ਸ਼ੁਰੂ ਹੁੰਦਾ, ਭਵਰਾ ਵਿੱਚ ਹੀ ਬੰਦ ਹੋ ਜਾਂਦਾ, ਤਾਂ ਕੰਡਾ ਉਹਦੇ ਪੇਟ ਵਿੱਚ ਉੱਭ ਜਾਂਦਾ ਤੇ ਭਵਰਾ ਉਹਦੇ ਵਿੱਚ ਹੀ ਮਰ ਜਾਂਦਾ। ਉਹ ਆਪਣੇ ਦੋਖ ਕਰਕੇ ਮਰਿਆ, ਖੁਸ਼ਬੂ ਨੇ ਮਾਰਿਆ ਉਹਨੂੰ। ਨੱਕ ਦੀ ਖੁਸ਼ਬੂ ਬਹੁਤ ਭੈੜੀ ਹੈ, ਤਾਂਹੀਓ ਸਤਿਗੁਰੂ ਕਹਿੰਦੇ ਸ਼ਬਦ ਸਪਰਸ਼ ਰਸ ਰੂਪ ਗੰਧ ਪੰਜ ਚੀਜ਼ਾਂ ਨੇ। ਭਵਰੇ ਨੂੰ ਮਾਰਿਆ ਖੁਸ਼ਬੂ ਨੇ, ਤੇ ਪਤੰਗਾ ਜਿਹੜਾ ਦੀਵੇ ਨੂੰ ਦੇਖ ਕੇ ਉਹਦੀ ਦੀਵੇ ਦੀ ਲਾੜ ਤੇ ਜਾ ਕੇ ਸੜ ਜਾਂਦਾ। ਪਤੰਗੇ ਨੂੰ ਕਿਹਨੇ ਮਾਰਿਆ? ਅੱਖਾਂ ਦੇ ਰੋਗ ਨੇ, ਇਹ ਉਹਦੇ ਤੇ ਖੁਸ਼ ਹੋ ਕੇ ਮਰਿਆ। ਹਾਥੀ ਮਰਿਆ ਵਿਸ਼ੇ ਵਿਕਾਰਾਂ। ਹਾਥੀ ਕਾਮੀ ਬਹੁਤ ਹੁੰਦਾ, ਜਿਨ੍ਹਾਂ ਨੇ ਹਾਥੀ ਨੂੰ ਫੜਨਾ ਹੁੰਦਾ ਉਹ ਕਾਗਜ਼ ਦੀ ਹੱਥਣੀ, ਬਿਲਕੁਲ ਉਹੀ ਜੀ ਹੱਥਣੀ ਵਰਗੀ ਬਣਾ ਕੇ ਇੱਕ ਡੂੰਘਾ ਸਾਰਾ ਟੋਆ ਪੱਟ ਕੇ ਉੱਤੇ ਛੀਟੀਆਂ ਰੱਖ ਕੇ ਉੱਤੇ ਘਾਹ ਪਾ ਕੇ ਕਾਗਜ਼ਾਂ ਦੀ ਹਾਥੀ ਹੱਥਣੀ ਖੜੀ ਕਰ ਦਿੰਦੇ ਉੱਥੇ। ਹਾਥੀ ਵਿਸ਼ਿਆਂ ਦਾ ਮਾਰਿਆ ਹੋਇਆ ਅੰਨਾ ਹੋਇਆ ਜਦੋਂ ਆਉਂਦਾ ਹੱਥਣੀ ਵੱਲ ਨੂੰ, ਇੱਕਦਮ ਟੋਏ 'ਚ ਜਾ ਡਿੱਗਦਾ ਉਹ, ਅਤੇ ਫਿਰ ਉਹ ਹਾਥੀ ਨੂੰ ਕਾਬੂ ਕਰ ਲੈਂਦੇ ਨੇ। ਹਾਥੀ ਮਾਰਿਆ ਕਾਮ ਨੇ। ਮੀਨਾ ਜਿਹੜੀ ਮੱਛੀ ਹੁੰਦੀ ਹੈ, ਇਹ ਜੀਵ ਦੇ ਸਵਾਦ ਨੇ ਮਾਰੀ। ਕੁੰਡੀ ਦੇ ਵਿੱਚ ਮਾਸ ਪਾ ਕੇ ਲੋਕ ਫਿਰ ਸਿੱਟ ਦਿੰਦੇ, ਜਦੋਂ ਮੱਛੀ ਫਿਰ ਉਹ ਖਾਣ ਆਉਂਦੀ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਕੁੰਡੀ ਫਸ ਗਈ ਗਲ 'ਚ। ਇਹਨੂੰ ਜਵਾਨ ਦੇ ਸਵਾਦ ਨੇ ਮਾਰਿਆ। ਅਤੇ ਮਿਰਗ ਮਰਿਆ ਇਸ ਕਰਕੇ, ਘੰਡੇ ਹੇੜੇ ਦਾ ਸ਼ਬਦ, ਇੱਕ ਘੜਾ ਲੈ ਕੇ ਉਹਦੇ ਉੱਤੇ ਚਮੜਾ ਕੱਸ ਕੇ ਬੰਨ ਕੇ ਉਹਦੇ ਵਿੱਚ ਗਲੀ ਕਰ ਦਿੰਦੇ ਮਾੜੀ ਜੀ, ਉਹਦੇ ਵਿੱਚ ਮੋਰ ਦਾ ਖੰਭ ਲਗਾਉਂਦੇ ਨੇ ਅੰਦਰ ਨੂੰ ਬਾਹਰ ਨੂੰ ਅੰਦਰ ਬਾਹਰ, ਬੜੀ ਮਿੱਠੀ ਸੁਰ ਪੈਦਾ ਹੁੰਦੀ ਇੱਕ। ਉਹ ਲੁਕ ਕੇ ਸ਼ਿਕਾਰੀ ਬੈਠ ਜਾਂਦਾ, ਉਹ ਘੰਡੇ ਹੇੜੇ ਦਾ ਸ਼ਬਦ ਵਜਾਉਂਦਾ ਜਦੋਂ, ਅਤੇ ਹਿਰਨ ਉਹਦੇ ਉੱਤੇ ਮਸਤ ਹੋਇਆ ਅੱਗੇ ਨੂੰ ਵਧੀ ਤੁਰਿਆ ਆਉਂਦਾ। ਉਧਰੋਂ ਸ਼ਿਕਾਰੀ ਆਪਣੀ ਤਲਵਾਰ ਲੈ ਕੇ ਬੈਠਾ ਹੁੰਦਾ ਜਾਂ ਤੀਰ ਕੱਸ ਕੇ ਬੈਠਾ ਹੁੰਦਾ ਦੂਜਾ, ਜਦੋਂ ਆ ਕੇ ਉਹ ਆਪਣਾ ਸਿਰ ਹੀ ਰੱਖ ਦਿੰਦਾ ਉੱਥੇ ਘੰਡੇ ਹੇੜੇ ਦੇ ਸ਼ਬਦ 'ਤੇ, ਸ਼ਿਕਾਰੀ ਮਾਰਦਾ ਤਲਵਾਰ ਗਲ ਵੱਖਰਾ ਕਰ ਦਿੰਦਾ ਉਹਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਕੰਨਾਂ ਦੇ ਰੋਗ ਨੇ ਮਾਰਿਆ। ਇਹ ਅਲੱਗ ਅਲੱਗ ਜਾਨਵਰਾਂ ਵਿੱਚ ਅਲੱਗ ਅਲੱਗ ਪ੍ਰਕਾਰ ਦਾ ਇੱਕ ਇੱਕ ਰੋਗ ਹੈ। ਕਹਿੰਦੇ ਬੰਦੇ ਵਿੱਚ ਇਹ ਰੋਗ ਪੰਜੇ ਹੀ ਨੇ। ਬੰਦੇ ਨੂੰ ਜਿਵੇਂ ਭਵਰਾ ਮਰਿਆ ਬੰਦਾ ਐਂ ਮਰਦਾ, ਖੁਸ਼ਬੂ ਲੈ ਕੇ, ਸ਼ਬਦ ਸਪਰਸ਼ ਰਸ ਰੂਪ ਗੰਧ, ਗੰਧ ਨਾਲ ਮਰਿਆ ਬੰਦਾ। ਪਤੰਗਾ ਪਤੰਗੇ ਦੀ ਤਰ੍ਹਾਂ ਪਰਾਏ ਰੂਪਾਂ ਨੂੰ ਦੇਖ ਦੇਖ ਕੇ ਮਰ ਜਾਂਦਾ ਪਤੰਗੇ ਦੀ ਤਰ੍ਹਾਂ। ਹਾਥੀ ਦੀ ਤਰ੍ਹਾਂ ਕਾਮੀ ਹੋ ਕੇ ਬੰਦਾ ਮਰਦਾ, ਮੱਛੀ ਦੀ ਤਰ੍ਹਾਂ ਲਾਲਚ ਖਾਣ ਦਾ ਕਰ ਕਰਕੇ ਬੰਦਾ ਮਰਦਾ, ਤੇ ਹਰਨ ਦੀ ਤਰ੍ਹਾਂ ਸੁਣ ਸੁਣ ਕੇ ਗਾਣੇ ਦੁਨਿਆਵੀ ਜਿਹੜੇ ਉਹਨਾਂ ਨੂੰ ਮਰੀ ਜਾਂਦਾ ਸੁਣ ਸੁਣ ਕੇ, ਕਦੇ ਬਾਣੀ ਨਹੀਂ ਸੁਣਦਾ। ਗਾਣੇ ਭਾਵੇਂ ਸਾਰੀ ਰਾਤ ਸੁਣੀ ਜਾਏ, ਸਾਰਾ ਦਿਨ ਸੁਣੇ, ਗਾਣੇ ਚੰਗੇ ਲੱਗਦੇ ਹੈ। ਮਹਾਰਾਜ ਬਾਣੀ 'ਚ ਕਹਿੰਦੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਾ ਜਾਏ। ਗਾਣੇ ਨੇ ਕੀ ਦੇਣਾ? ਗਾਣੇ ਨੇ ਵੱਧ ਤੋਂ ਵੱਧ ਬੰਦੇ ਨੂੰ ਸੈਕਸ ਦੇਣਾ ਹੁੰਦਾ ਬਸ, ਗਾਣਾ ਹੋਰ ਕੀ ਦੇ ਸਕਦਾ।
गाने च कि सिक्ख्या गल हों ते बंदा उठ के कदे गाणे नाल नचदा कदे कुछ करदा पर नचिया टप्पिया भगत ना होए। इत्थे बथेरे लोग आउंदे नचण टप्पण वाले, कई अमृतधारी ही नची जांदे ने, कई आ जिहड़ा पिछे एक गायक जाया सी कहिंदे उहना अंग्रेज कुड़ियां जिन्हां अमृत छकिया सिर ते जूड़े कीते दस्तारां बंधियां उह कुड़ियां पैसे लैके स्टेज ते नची जांदियां, उहनां नूं किसे ने दस्सिया ही नहीं वी गुरमत नहीं हैगी। तां महाराज सच्चे पातशाह कहिंदे ने भगती कदे नच टप के नहीं हुंदी, ते बंदा हमेशा विकारां करके नचदा, कदे भगत आदमी नहीं नचदा हुंदा। भगत की समाधि लग जाती तो शरीर ही इना शिथिल हो जाता, नचण तो ही रह जाता, उहदा नचना होर हुंदा, शब्द की विचार करन रूप ही नचदा। इस करके सतगुरु महाराज कहिंदे हरेक बंदा अपने कर्मां करके दुख पाउंदा, उस तरह सारे जरीर जिहड़े जीव ने अपने कर्मां अनुसार दुखी होकर मरते ने। तृष्णा राज तत् नहीं बीना, माया की तृष्णा भी तदाकार होने करके तत् जो परमात्मा तत् सिद्धांत रूप परमेश्वर नूं बीना जाने ही नहीं, बीना तो भाव देखिया ही नहीं। इन्हें काम चिता कामण हितकारी क्रोध विनाशा सगल विकारी, पहला तो महाराज ने पशु पंछियों बारे दस्या, हुण बंदे बारे दसदे ने। जिहड़े बंदे कामण तो भाव इस्त्रियां दे हितकारी प्रेमी है, वह काम चेष्टा नूं हमेशा चित वधा रहिंदा मन दे अंदर। क्रोध विनाशा सगल विकारी, सारे विकारां दा मूल कौन है? क्रोध है, गुस्सा, वह भी इहनूं नाश करी जांदा है। क्योंकि बंदे दे अंदर जे गुस्सा आ जाए तो धर्म खत्म हो जाता। धर्म जिहड़ा है जिहदे अंदर गुस्सा नहीं आउंदा उही पुरश धर्मी हुंदा। पत मत खोवै नाम विसारी, यह जीव वाहिगुरु दे नाम नूं भुला के पत मत इज्जत ते अकल दोनों ही गवा लैंदा अपनियां। 226 अंग ते महाराज बख्शिश करदे ने, पर कर चीत मनमुख डोलाए गल जेवरी धंदा लपटाए। मनमुख बंदा पराए घरां दे लुट्टण विच, पराई इस्त्री दे मंगर, पराए घर भूतां प्रेतां दी उपासना च अपने चित नूं डुला रहा, गल विच हंगता ममता रूपी रस्सी पा रहा, इस करके धंदियां विच लंपट हो रहा। गुरमुख छूट हर गुण गाए, पर महाराज कहिंदे हरी गुणा दे गाउण करके गुरमुख प्यारे जिहड़े छुट जांदे ने, बस जिहड़े मनमुख लोक हुंदे ने इह फस जांदे इन्हां चक्करां च। ज्यों तन विधवा पर कौ दे काम दाम चित पर वस से। सो जिस प्रकार जिहड़े विशियां विकारां विच जदों प्रवृत्त हो जांदियां इस्त्रियां गलत कम्मां दे विच, सो इस ढंग नाल जदों सिर दे उत्ते ना डर रहे पति दा तां जां उह चढ़ाइयां कर जाण, बहुत सारे लोग फिर गलत रस्ते अपना लैंदे ने। एक तां ऐसे ने जदों कोई चढ़ाई कर गया तां उहने बस प्रण कर लिया कि हुण रब दी भगती करनी है, उह परमात्मा दी भगती विच लग के अपने जीवन नूं सुधार लैंदियां ने। एक ऐसे जिहड़े अपने सो गलत कर्मां विच प्रवृत्त हो के फिर उन्हां दे पैसे कमाउणे माड़े कम्मां दे। काम दाम चित पार बस से, काम चेष्टा दे वसीकार हो के ते दमड़िया दे लालच करके ओह गलत कर्म करन वाले लोग जिहड़े ने ओह शरीर अपना पराए दे वसीकार करके ओहदे सेवा च हाजिर हो जांदे ने, बई असीं अपना शरीर वेच दिता पैसियां वास्ते। सो इस तरह यह जीव रूप इस्त्री माया दे लालच करके अपने आप नूं प्राए देवी देवत्यां दे वसीकार करदी है। बिन पिर तृप्त ना कबहू होए, पर परमेश्वर पति तो बिना कदे जीव की तृप्ति नहीं हुंदी। दूजियां थावां ते जाके कदे कोई हन्ने दी कोई बन्ने दी कोई पहाड़ां वाले रन्ने दी कोई ढोल ढमक्का सरवर दा, उत्थे जाके मन नूं कदे शांति नहीं हुंदी जिन्नी शांति महाराज दी हजूरी च आउणी है। पढ़ पढ़ पोथी सिमरत पाठा वेद पुराण पढ़ै सुन थाटा। महाराज करे चाहे किन्नियां पोथियां पढ़ लवे, चाहे 27 सिमरतियां दे पाठ कर लवे, चाहे चारे वेदां ते 18 पुराणां नूं पढ़ लवे, चाहे महाभारत नूं भी पढ़ सुन लवे। बिन रस राते मन बहु नाटा, पर आत्म रस विच रते तो बिना यह मन नट दी तरां चंचल होके नचदा टपदा ही रहिंदा। ज्यों चात्रक जल प्रेम प्यासा ज्यों मीना जल माहे उलासा। जिवें चात्रक है बबीहा प्रेम नाल वह जल जिहड़ा हुंदा स्वांति बूंद दा चाहवान हुंदा, जद उहनूं स्वांति बूंद मिल जांदी तो प्रसन्न हो जांदा। जिवें मच्छी पानी विच उलासा तो भाव प्रसन्न रहिंदी है। नानक हर रस पी तृप्तासा। हुण गुरु नानक देव जी कहिंदे मैं उसे प्रकार हरी नाम दा रस पी के तृप्त हो गया, रज गया, मैं नाम दा रस ही लै के अपने आप दे विच खुश हाँ। सारी दुनिया नूं सतगुरु नानक साहिब जी, क्योंकि गुरु नानक देव जी सारी सृष्टि दे मालक ने, साडे वड्डे ने, साडे माता पिता ने,
ਸਾਨੂੰ ਜੋ ਮਰਜ਼ੀ ਕਹਿ ਸਕਦੇ ਨੇ। ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਗਲਤ ਮਾਰਗ 'ਤੇ ਨਾ ਜਾਓ ਵੀਰ, ਗਲਤ ਰਸਤੇ ਚੱਲਿਆਂ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਮੇਰੇ ਗੁਰਸਿੱਖ ਹੋ, ਮੇਰੇ ਧੀਆਂ ਪੁੱਤ ਹੋ, ਤੁਹਾਨੂੰ ਮੈਂ ਰੋਕਣਾ, ਤੁਸੀਂ ਗਲਤ ਰਸਤੇ 'ਤੇ ਨਾ ਜਾਓ। ਜਿਹੜੀਆਂ ਗੱਲਾਂ ਤੋਂ ਸਤਿਗੁਰੂ ਦੱਸ ਕੇ ਜੇ ਸਾਵਧਾਨ ਕਰ ਦੇਣ, ਚੰਗੇ ਮਾਤਾ ਪਿਤਾ ਉਹੀ ਜਿਹੜੇ ਬੱਚਿਆਂ ਨੂੰ ਪਹਿਲਾਂ ਹੀ ਸਾਵਧਾਨ ਕਰ ਦੇਣ ਮਾੜੇ ਕੰਮਾਂ ਤੋਂ, ਅਤੇ ਪੁੱਤ ਮਾੜੇ ਪਾਸੇ ਨਹੀਂ ਜਾਣਾ ਆਪਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਮਾੜੇ ਪਾਸੇ ਤੋਂ ਰੋਕ ਕੇ ਨਾਮ ਵਾਲੇ ਪਾਸੇ ਲਾਉਂਦੇ ਨੇ ਤਾਂ ਕਿ ਸਾਡਾ ਭਲਾ ਹੋ ਜਾਵੇ ਸਾਰੇ ਜੀਵਾਂ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਤਾਂ ਦੂਜੀ ਗੱਲ ਹੀ ਨਹੀਂ ਕੀਤੀ। ਨਾਮ ਨਾਲ ਹੀ ਸੁੱਖ ਮਿਲਣਾ ਜਿਹਨੂੰ ਮਿਲਣਾ। ਨਾਮ ਜਪੇ ਤੋਂ ਬਿਨਾਂ ਹਰੇਕ ਕੰਮ ਵਿੱਚ ਘਾਟਾ ਹੀ ਘਾਟਾ, ਘਾਟਾ ਹੀ ਘਾਟਾ, ਹਰ ਚੀਜ਼ ਵਿੱਚ ਨਾਮ ਹੀ ਵੱਡਾ। ਸਤਿਗੁਰੂ ਨੇ ਦੱਸਿਆ ਤਿੰਨ ਅਸ਼ਟਪਦੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਆਪਾਂ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।